ਜਗਬਾਨੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਖੜੇ ਆ ਤੇ ਗੱਲਬਾਤ ਕਰਾਂਗੇ ਇੱਕ ਵਿਦਿਆਰਥੀ ਦੇ ਨਾਲ ਜੋ ਕਿ ਇੱਥੇ 8 ਸਾਲਾਂ ਤੋਂ ਆਪਣੀ ਸਟੱਡੀ ਕਰਦੇ ਪਏ ਨੇ ਗੱਲਬਾਤ ਉਹਨਾਂ ਦੇ ਨਾਲ ਕਰਨ ਦਾ ਅਸੀਂ ਸਬਬ ਇਸ ਲਈ ਬਣਾਇਆ ਤਾਂ ਜੋ ਪਤਾ ਲੱਗ ਸਕੇ ਕਿ ਜੇਕਰ ਅਸੀਂ 5 ਸਾਲ ਪਿੱਛੇ ਜਾਈਏ ਤੇ ਅੱਜ ਦੀ ਗੱਲ ਕਰੀਏ ਤਾਂ ਕੀ ਡਿਫਰੈਂਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ 5 ਸਾਲਾਂ ਦੇ ਵਿੱਚ ਵਿੱਚ ਜੇਕਰ ਅਸੀਂ ਇੱਕ ਨਿਗਾਹ ਮਾਰੀਏ ਤਾਂ ਕਿੰਨਾ ਕੋ ਫਰਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਆ ਇੱਥੋਂ ਦੇ ਵਿਦਿਆਰਥੀਆਂ ਦੇ ਵਿੱਚ ਇੱਥੋਂ ਦੇ ਕਰਾਊਡ ਦੇ ਵਿੱਚ ਇੱਥੋਂ ਦੇ ਕਲਚਰ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਇੱਥੋਂ ਦੀ ਪੜਾਈ ਬਾਰੇ ਸਾਰੀਆਂ ਗੱਲਾਂ ਤੇ ਆਪਾਂ ਪੂਰੀ ਜਾਣਕਾਰੀ ਹਾਸਲ ਕਰਾਂਗੇ ਬਾਈ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਆਪਣਾ ਨਾਮ ਦੱਸ ਦਿਓ ਤੇ ਏਜ ਦੱਸ ਦਿਓ ਮੇਰਾ ਨਾਮ ਜੀ ਅਰਸ਼ਟਿਲੂ ਹੈ ਮੇਰੀ ਉਮਰ 26 ਸਾਲ ਹੈ ਇਸ ਟਾਈਮ ਤੇ ਮੈਂ ਲਾਅ ਡਿਪਾਰਟਮੈਂਟ ਦਾ ਸਟੂਡੈਂਟ ਹੈ ਤੇ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਪੜ੍ਹਦੇ ਪਏ ਹੋ ਮੈਨੂੰ ਮੈਂ 2015 ਚ ਚੰਡੀਗੜ੍ਹ ਆਏ ਸੀ ਜਿਹ ਪਹਿਲਾਂ ਡੀਏਵੀ ਕਾਲਜ ਵਿੱਚ ਮੈਂ ਪੜਦਾ ਹੁੰਦਾ ਸੀ ਆਪਦੀ ਗ੍ਰੈਜੂਏਸ਼ਨ ਉੱਥੋਂ ਕੀਤੀ ਐ ਮੁੜ ਕੇ ਐਮਏ ਕੀਤੀ ਆ ਉਦੋਂ ਬਾਅਦ ਯੂਨੀਵਰਸਿਟੀ ਹੌਨ ਦਾ ਸਵੱਬ ਪੰਜ ਸੱਤ ਸਾਲਾਂ ਦਾ ਬਣਿਆ ਹੋਇਆ ਵੀ ਹੁਣ 15 ਦੇ ਆਈ ਹੋਈ ਐ ਤੇ ਨਹੀਂ ਤੁਹਾਡਾ ਇਹ ਜਿਹੜਾ ਬੈਚ ਐ ਇਹ ਕਿਹੜਾ ਮੰਨੀ ਐ ਸੀ ਜਿਹੜਾ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦਾ ਇਹ ਮੇਰਾ ਚੱਲ ਰਿਹਾ ਜੀ 2020 ਤੋਂ 21 ਤੋਂ ਲੈ ਕੇ ਤਾਂ 24 ਤੱਕ ਮੇਰੀ ਲੋ ਕੰਪਲੀਟ ਹੋ ਜੂਗੀ ਤੇ ਉਸ ਤੋਂ ਪਹਿਲਾਂ ਤੁਸੀਂ ਇੱਥੇ ਗ੍ਰੈਜੂਏਸ਼ਨ ਕੀਤੀ ਹਾਂਜੀ ਐਮਏ ਕੀਤੀ ਹੋਈ ਐ ਜੀ ਮੇਰੇ ਐਮਏ ਤੁਸੀਂ ਕੀਤੀ ਆ ਤੇ ਉਹ ਕਿਹੜੇ ਈਅ ਉਹ 2 ਸਾਲ ਪਿੱਛੇ ਲਾਲੂ ਜੀ 19 20 ਚ ਲਾਲੂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੈਰ ਤੁਸੀਂ ਕਿਹੜੇ ਸਾਲ ਰੱਖਿਆ ਪੰਜਾਬ ਯੂਨੀਵਰਸਿਟੀ ਜਿਵੇਂ ਹੀ ਸਵੱਬ ਬੰਦੇ ਦਾ ਜੇ ਡੀਏਵੀ ਪੜ੍ਹਦੇ ਐ ਇੱਥੋਂ ਮੈਨੂੰ ਲੱਗਦਾ ਇੱਕ ਦੋ ਸੈਕਟਰ ਛੱਡ ਕੇ ਡੀਏਵੀ ਕਾਲਜ ਐ ਸੈਕਟਰ 10 ਤਾਂ ਜਦੋਂ ਬੰਦਾ ਡੀਏਵੀ ਆ ਕੇ ਪੜ੍ਹਨ ਲੱਗ ਪੈਂਦਾ ਤਾਂ ਉਹ ਇਹਦੀ ਪੋਲਿਟਿਕਸ ਲਾਲੂ ਇੱਥੋਂ ਦੀ ਕਿ ਟੂਸੀ ਲਾਲੂ ਜਾਂ ਸਟੂਡੈਂਟ ਸੈਂਟਰ ਲਾਲੂ ਤਾਂ ਉਹਦੇ ਕਰਕੇ ਬੰਦਾ ਅਟਰੈਕਟ ਹੁੰਦਾ ਇਹਦੇ ਵੱਲ ਤਾਂ ਇਹ ਸਵੱਬ ਤਾਂ ਬੰਦੇ ਦਾ ਉਸੇ ਟਾਈਮ ਆ ਕੇ ਬਣ ਲੱਗ ਪੈਂਦੇ ਤੇ ਇਸ ਟੂਸੀ ਤੇ ਜਦੋਂ ਤੁਸੀਂ ਆ ਕੇ ਬੈਠਨੇ ਹੋ ਤਾਂ ਤੁਹਾਨੂੰ ਗੱਲਾਂ ਸੁਣਨ ਨੂੰ ਮਿਲਦੀਆਂ ਸਭ ਕੁਝ ਸੁਣਨ ਨੂੰ ਮਿਲਦਾ ਵੀ ਆਹ ਚੱਲ ਰਿਹਾ ਇੱਥੇ ਆਹ ਚੱਲ ਰਿਹਾ ਤਾਂ ਉਦੋਂ ਹੀ ਜਦੋਂ ਬੰਦੇ ਚੰਡੀਗੜ੍ਹ ਚ ਪੈਰ ਧਰਦਾ ਜਾਂ ਐਸਡੀ ਜਾਂ ਡੀਏ ਵਿੱਚ ਪੜਨ ਲੱਗ ਪੈਂਦਾ ਤਾਂ ਉਹ ਯੂਨੀਵਰਸਿਟੀ ਨਾਲ ਜੁੜ ਜਾਂਦਾ ਕਿਤੇ ਨਾ ਕਿਤੇ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਕਿੰਨੇ ਸਾਲਾਂ ਦਾ ਤਜਰਬਾ ਅਸੀਂ ਤੁਹਾਡਾ ਮੰਨ ਲਈਏ ਕਿ ਵੀ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੇ ਹਾਲਾਤਾਂ ਦਾ ਤਜਰਬਾ ਕਿੰਨੇ ਸਾਲਾਂ ਦਾ 7-8 ਸਾਲ ਕਹਿੰਸੋ 6 ਸਾਲ ਹੀ ਲਾ ਲਓ ਚਲੋ 6 ਸਾਲ ਦਾ ਤਜਰਬਾ ਕਿਤੇ ਨਾ ਕਿਤੇ ਯੂਨੀਵਰਸਿਟੀ ਦਾ ਹੈ ਜੀ ਹਾਂਜੀ ਜੇ ਆਪਾਂ ਗੱਲ ਕਰੀਏ 6 ਸਾਲਾਂ ਦੀ ਕਿਉਂਕਿ ਮੇਰੇ ਖਿਆਲ ਦੇ ਵਿੱਚ ਗੱਲ ਤਾਂ ਜੇ ਆਪਾਂ ਇੱਕ ਦਹਾਕੇ ਦੀ ਕਰ ਲਈਏ ਉਹ ਵੀ ਮਾਇਨੇ ਰੱਖਦੀ ਹੈ ਕਿਤੇ ਨਾ ਕਿਤੇ ਪਰ ਜੇਕਰ ਆਪਾਂ 6 ਸਾਲਾਂ ਦੀ ਗੱਲ ਕਰੀਏ ਤਾਂ 6 ਸਾਲਾਂ ਦੀ ਵਿੱਚ ਕਿੰਨਾ ਕੁ ਫਰਕ ਤੁਹਾਨੂੰ ਦੇਖਣ ਨੂੰ ਮਿਲਿਆ ਇੱਥੋਂ ਦੇ ਕਰਾਊਡ ਦੀ ਗੱਲ ਕਰਦੇ ਆ ਪਹਿਲਾਂ ਕਰਾਊਡ ਦੇ ਵਿੱਚ ਕਿੰਨਾ ਕੁ ਫਰਕ ਪਿਆ ਕਰਾਊਡ ਦੇ ਵਿੱਚ ਬਹੁਤ ਫਰਕ ਪਿਆ ਜੀ ਪਹਿਲਾਂ ਤਾਂ ਆਪਾਂ ਜੇ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦਾ ਪਹਿਲਾਂ ਰੁਝਾਨ ਹੁੰਦਾ ਸੀ ਕਿ ਜਿਹੜੇ ਬੱਚੇ ਮਾਲਵੇ ਤੋਂ ਖਾਸ ਕਰ ਆਪਣਾ ਬਰਨਾਲਾ ਬਠਿੰਡਾ ਫਾਜ਼ਿਲਕਾ ਮੁਕਸਰ ਉਹ ਲਗਭਗ ਸਾਰੇ ਜਿਹੜਾ ਕਰਾਊਡ ਸੀ ਉਹ ਜਦੋਂ ਆਪਦੀ ਪਲੱਸ 2 ਕਰ ਲੈਂਦਾ ਸੀ ਤਾਂ ਉਹਦਾ ਸਾਰਾ ਰੁਝਾਨ ਡੀਏਵੀਐਸਡੀ ਜਾਂ ਪੀਯੂਵਲ ਹੁੰਦਾ ਸੀ ਫਿਰੋਜ਼ਪੁਰ ਹੋ ਗਿਆ ਜਿਵੇਂ ਖਾਸ ਕਰ ਪਰ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਬਹੁਤ ਬਦਲ ਰਿਹਾ ਉਹਦੇ ਕਰਕੇ ਬਾਹਰ ਜਾ ਰਹੇ ਸਾਰੇ ਇੱਕ ਇਨਸਿਕਿਓਰ ਫਿਊਚਰ ਫੀਲ ਕਰਦੇ ਹੋ ਪੰਜਾਬ ਚ ਤਾਂ ਉਹਦੇ ਕਰਕੇ ਕੀ ਹੋਇਆ ਕਿ ਆਪਾਂ ਅਦਰ ਸਟੇਟਸ ਦਾ ਕਰਾਊਡ ਬਹੁਤ ਇੱਥੇ ਨੋਟਿਸ ਕਰ ਸਕਦੇ ਪਹਿਲਾਂ ਇੱਥੇ ਜਿੱਥੇ ਕਹਿੰਦੇ ਪੰਜਾਬ ਦਾ ਕਿਤੇ ਨਾ ਕਿਤੇ ਬੋਲਵਾਲ ਆਪਾਂ ਕਹਿ ਸਕਦੇ ਹਾਂ ਸੀਗਾ ਯੂਨੀਵਰਸਿਟੀ ਚ ਹੁਣ ਵੀ ਹੈਗਾ ਆਪਾਂ ਨਹੀਂ ਕਹਿੰਦੇ ਨਹੀਂਗਾ ਪਰ ਉਹਨਾਂ ਦੇ ਦੂਸਰੀਆਂ ਸਟੇਟਸ ਦਾ ਵੀ ਕਰਾਊਡ ਹੌਲੀ-ਹੌਲੀ ਵਧਣਾ ਸ਼ੁਰੂ ਹੋ ਗਿਆ ਮੇਰੇ ਹਰਿਆਣੇ ਵਾਲੇ ਭਰਾ ਹੋਣੇ ਸ਼ੁਰੂ ਹੋ ਗਏ ਯੂਪੀ ਬਿਹਾਰ ਤੱਕ ਵੀ ਕਰਾਊਡ ਆ ਰਿਹਾ ਹੈ ਯੂਆਈਟੀ ਚ ਗੱਲ ਕਰੀਏ ਬਹੁਤ ਉੱਥੋਂ ਦਾ ਕਰਾਊਡ ਹੈ ਹੋਰ ਵੀ ਹਿਮਾਚਲ ਦਾ ਕਰਾਊਡ ਬਹੁਤ ਆ ਰਿਹਾ ਜੰਮੂ ਤੱਕ ਦਾ ਸਟੂਡੈਂਟ ਆ ਰਿਹਾ ਜੀ ਪੰਜਾਬ ਦਾ ਕਿਤੇ ਨਾ ਕਿਤੇ ਥੋੜਾ-ਬਹੁਤਾ ਜੇ ਆਪਾਂ ਇਸ ਚੀਜ਼ ਨੂੰ ਮੰਨੀ ਹੈ ਕਿ ਇੱਥੇ ਕਰਾਊਡ ਥੋੜਾ-ਬਹੁਤਾ ਘਟ ਰਿਹਾ ਕਿਉਂਕਿ ਆਪਣੀ ਬਾਹਰ ਵਾਲੀ ਗੱਲ ਕਰਕੇ ਤੇ ਹੋਰ ਵੀ ਪ੍ਰਾਈਵੇਟ ਕਾਲਜ ਇੰਸਟੀਟਿਊਟ ਬੜੇ ਖੁੱਲ ਗਏ ਪਰ ਵੈਸੇ ਤਾਂ ਜਿਹੜੇ ਮਾਲਵੇ ਉਧਰ ਕਰਾਊਡ ਦੇ ਇੱਥੇ ਬਹੁਤ ਫਰਕ ਪਿਆ ਗਿਆ ਕਿਉਂਕਿ ਜਿਹੜੇ ਬੱਚੇ ਇੱਥੇ ਆਉਂਦੇ ਸੀ ਉਹ ਹੁਣ ਬਾਹਰ ਜਾਣਾ ਜ਼ਿਆਦਾ ਪਸੰਦ ਕਰ ਰਹੇ ਆ ਤੇ ਜਿਵੇਂ ਆਮ ਤੌਰ ਤੇ ਪਹਿਲਾਂ ਦੇਖਦੇ ਸੀਗੇ ਸਰਦਾਰ ਮੁੰਡੇ ਇੱਥੇ ਆਮ ਤੌਰ ਤੇ ਦੇਖਣ ਨੂੰ ਮਿਲਦੇ ਹੁੰਦੇ ਸੀ ਉਹਦਾ ਵੀ ਫਰਕ ਲੱਗਦਾ ਤੁਹਾਨੂੰ ਸਰਦਾਰਦ ਵਿੱਚ ਦੀ ਇੱਕ ਦੌਰ ਆਇਆ ਸੀ ਜੀ ਸਰਦਾਰੀ ਵੀ ਪੱਗਾਂ ਬਹੁਤ ਘੱਟ ਬਨਣੀਆਂ ਸ਼ੁਰੂ ਕਰਤੀਆਂ ਸੀ ਮੁੰਡਿਆਂ ਨੇ ਅੱਜ ਜਿਵੇਂ ਤੁਸੀਂ ਦੇਖ ਸਕਦੇ ਹੋ ਸੋ ਹੀ ਨੇ ਆਪਣਾ ਕੈਂਪੇਨ ਕਰਾਇਆ ਸੀ ਪਗੜੀ ਮੁਹਿੰਮ ਚਲਾਈ ਸੀ ਮੇਰੀ ਪਗੜੀ ਮੇਰੀ ਸ਼ਾਨ ਤਾਂ ਉਹਦੇ ਸਾਨੂੰ ਅਸੀਂ ਟੀਚਾ ਲਾਇਆ ਸੀ ਵੀ ਘੱਟੋ ਘੱਟ 100 ਪੱਗਾਂ ਜੇ ਸੀ 3 ਘੰਟੇ ਦੇ ਵਿੱਚ ਬੰਨਣੀਆਂ ਪਰ ਮੈਂ ਬੜੀ ਖੁਸ਼ੀ ਹੁੰਦੀ ਐ ਵੇਖ ਕੇ ਕਿ ਅੱਜ ਕੱਲ ਇੰਨਾ ਰੁਝਾਨ ਐ ਪੱਗਾਂ ਵੱਲ ਕਿ 100 ਪੱਗ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਪੂਰੀ ਹੋਊਗੀ ਬੰਨਣ ਵਾਲੇ ਵੀਰਾਂ ਨੂੰ ਵੀ 5 ਮਿੰਟ ਦੀ ਚਾਹ ਪੀਣ ਦੀ ਵੇਲ ਨਹੀਂ ਮਿਲੀ ਜਿਹੜੀ ਟੀਮ ਆਈ ਸੀਗੀ ਕਿ ਉਹ ਨਾਲ ਦੀ ਨਾਲ ਕਿਉਂਕਿ ਹੋਰ ਅਦਰ ਸਟੇਟਸ ਵਾਲੇ ਜਿਹੜੇ ਆਪਣੇ ਵੀਰਪੁਰਾ ਉਹ ਵੀ ਆ ਕੇ ਕਹਿੰਦੇ ਸੀ ਵੀ ਭਈਆ ਭਈਆ ਮੇਰੇ ਪਗੜੀ ਬੰਨਦਾ ਜਾਂ ਹੋਰ ਤਾਂ ਹੋਰ ਕੁੜੀਆਂ ਨੇ ਬੜਾ ਚਾਅ ਕੀਤਾ ਕਿ ਸਾਡੇ ਵੀ ਵੀਰੇ ਪੱਗਾਂ ਬੰਨੋ ਜਾਂ ਕੋਸ਼ਿਸ਼ ਕਰੋ ਤਾਂ ਬੜਾ ਵਧੀਆ ਲੱਗੇ ਪਗੜੀ ਇੱਕ ਦੌਰ ਆਇਆ ਸੀ ਜਦੋਂ ਪੱਗਾਂ ਦਾ ਆਪਾਂ ਕਹਿ ਸਕਦੇ ਹਾਂ ਰੁਝਾਨ ਘਟ ਗਿਆ ਸੀ ਲੋਕਾਂ ਦਾ ਪੱਗਾਂ ਬੰਨਣ ਚ ਜਦੋਂ ਆਪਾਂ ਕਹਿੰਦੇ ਨਵੀਂ ਨਵੀਂ ਵੈਸਟਰਨਾਈਜੇਸ਼ਨ ਹਿੱਟ ਕੀਤੀ ਸੀ ਆਪਾਂ ਗੱਲ ਕਰੀਏ ਜੇ 2020 ਤੋਂ 2000 ਸਾਲ ਤੋਂ ਲੈ ਕੇ 2023 ਤੱਕ ਦੀ 23 ਸਾਲਾਂ ਦੀ ਤਾਂ ਬੜੀ ਵੈਸਟਰਨਾਈਜੇਸ਼ਨ ਆਈ ਹੈ ਇਸ ਇੰਡੀਆ ਚ ਆਪਣੀ ਇਕਨੋਮੀ ਖੁੱਲੀ ਹੈ 90 ਦੇ 90s ਚ ਜਾ ਕੇ ਆਪਾਂ ਦੁਨੀਆ ਨਾਲ ਟ੍ਰੇਡ ਕਰਨ ਲੱਗੇ ਆ ਉਸ ਤੋਂ ਬਾਅਦ ਕੀ ਹੋਇਆ ਆਪਾਂ ਬਾਹਰ ਜਾਣ ਲੱਗੇ ਬਾਹਰਲੇ ਇਧਰ ਵਿਜ਼ਿਟ ਕਰਨ ਲੱਗੇ ਉਹਨਾਂ ਚੀਜ਼ਾਂ ਨਾਲ ਕੀ ਹੋਇਆ ਵੀ ਗਾਣੇ ਸੁਣਨ ਲੱਗ ਪਏ ਇੰਗਲਿਸ਼ ਆਪਾਂ ਵੈਸਟਰਨ 뮤직 ਨੂੰ ਆਪਾਂ ਬਹੁਤ ਸੁਣਿਆ ਹੁਣ ਵੀ ਸੁਣ ਰਹੇ ਹਾਂ ਪਰ ਫਿਰ ਇੱਕੇਰੀ ਦੌਰ ਆ ਗਿਆ ਸੀ ਕਿ ਲੋਕ ਸਾਰੇ ਕਹਿੰਦੇ ਸੀ ਵੀ ਮੈਂ ਤਾਂ ਯਾਰ హెయిਰ ਕੱਟ ਕਰਾਵਾਂ ਚੰਗੇ ਸਲੂਨ ਚ ਜਾਂਦੇ ਸੀ ਵੀ ਐਵੇਂ ਪਤਾ ਲੱਗਦਾ ਸੀ ਜੇ ਆਪਾਂ ਕਹਿ ਲਈਏ ਕੋਈ ਕਾਲ ਅਕੈਡਮੀ ਐ ਜਿਵੇਂ ਪੰਜਾਬ ਚ ਤੁਹਾਨੂੰ ਪਤਾ ਹੋਊਗਾ ਉੱਥੇ ਜਿਹੜਾ 10th ਕਰਦਾ ਸੀ ਪਲੱਸ 2 ਕਰਕੇ ਪਾਸ ਹੁੰਦਾ ਸੀ ਉਹ ਕਹਿੰਦਾ ਸੀ ਯਾਰ ਪਹਿਲਾਂ ਮੈਂ ਵਾਲ ਕਟਾ ਕੇ ਆਉਣੀ ਪਰ ਅੱਜ ਵਾਹਿਗੁਰੂ ਦਾ ਸ਼ੁਕਰ ਹੈ ਕਿ ਅੱਜ ਕੱਲ ਫਿਰ ਆਪਣੇ ਜਿਹੜੇ ਸਟੂਡੈਂਟ ਆ ਉਹ ਵਾਪ ਪੱਗਾਂ ਬਨ ਪੱਗ ਬਨਨ ਚ ਆਪਦੀ ਸ਼ਾਨ ਮਹਿਸੂਸ ਕਰ ਰਿਆ ਤੇ ਸਿੱਖੀ ਨਾਲ ਜੁੜਨ ਦੇ ਫਿਰ ਆਪਦੀ ਬਾ ਉਸ ਰਾਹ ਬਲ ਤੁਰਿਆ ਹੋਇਆ ਤੇ ਜੇ ਆਪਾਂ ਕੁੜੀਆਂ ਦੀ ਗੱਲ ਕਰੀਏ ਉਹਨਾਂ ਦੇ ਕੱਪੜਿਆਂ ਦੇ ਪਹਿਨਣ ਦੇ ਵਿੱਚ ਢੰਗ ਤਰੀਕਿਆਂ ਦੇ ਵਿੱਚ ਫਰਕ ਆਇਆ ਬਿਲਕੁਲ ਆਇਆ ਜੀ ਮੈਂ ਇਹਨੂੰ ਕੋਈ ਗਲਤ ਨਹੀਂ ਕਹੂੰਗਾ ਜੋ ਫਰਕ ਹੈ ਜੇ ਆਪਾਂ ਇਹ ਗੱਲ ਕਹਿੰਦੇ ਆ ਕਿ ਜੇ ਆਪਾਂ ਵੈਸਟਰਨ ਹੋਣਾ ਆਪਦਾ ਬੱਚੇ ਨੂੰ ਆਪਾਂ ਬਾਹਰ ਭੇਜਣਾ ਉਹਨੂੰ ਉੱਥੋਂ ਦੇ ਮਾਹੌਲ ਚ ਰੱਖਣਾ ਤਾਂ ਉਹ ਜਿਹੜਾ ਬਾਹਰੋਂ ਹੁੰਦਾ ਜਾਂ ਕੋਈ ਆਪਦੇ ਦੋਸਤ ਮਿੱਤਰ ਇੱਧਰ ਹੁੰਦੇ ਸਭ ਕਾ ਸੇ ਉਹ ਚੀਜ਼ਾਂ ਇੱਧਰ ਵੀ ਆਉਂਦੀਆਂ ਇੰਡਸਟਰੀ ਆ ਰਹੀ ਆ ਬੜੇ ਬੜੇ ਤਕੜੇ ਜਿਹੜੇ ਬ੍ਰਾਂਡ ਐ ਜਿਹੜੇ ਆਪਣੇ ਕਹਿ ਲੋ ਜਿਹੜੇ ਆ ਬਿਊਟੀ ਪ੍ਰੋਡਕਟਸ ਦੇ ਉਹ ਆਪਦੇ ਇੱਥੇ ਵੈਂਚਰ ਸ਼ੁਰੂ ਕਰ ਰਹੇ ਆ ਆਪਦੀਆਂ ਇੱਥੇ ਆਪਦੀਆਂ ਆਊਟਲੈਟਸ ਖੋਲ ਰੇ ਆ ਤਾਂ ਇਹ ਚੀਜ਼ ਫਿਰ ਆਪਾਂ ਜੇ ਐਕਸਪੈਕਟ ਕਰਦੇ ਆ ਜਵਾਬ ਨੂੰ ਪੜਾਉਣਾ ਐ ਕੁਝ ਕਰਨਾ ਤਾਂ ਫਿਰ ਉਹਨੂੰ ਜੇ ਕਹੀਏ ਕਿ ਤੂੰ ਵੱਜ ਕੇ ਰਹਿ ਤੂੰ ਇਹ ਨਹੀਂ ਪਾਉਣਾ ਤੂੰ ਉਹ ਨਹੀਂ ਪਾਉਣਾ ਫਰਕ ਆਇਆ ਫਰਕ ਆਪਾਂ ਕਹਿ ਸਕਦੇ ਆ ਮੈਂ ਇਹਨੂੰ ਕਿਤੇ ਨਾ ਕਿਤੇ ਥੋੜਾ ਬਹੁਤ ਤਾਂ 네ਗੇਟਿਵ ਹੁੰਦਾ ਹੀ ਜੀ देयर ਬੋਥ ਸਾਈਡਸ ਆਫ ਦਿ ਕੋਇਨ ਹੈਡ ਵੀ ਹੈ ਟੇਲ ਵੀ ਹੈ ਪੋਜ਼ਿਟਿਵ 네ਗੇਟਿਵ ਦੋਵੇਂ ਆ ਪਰ ਮੈਂ ਇਸ ਗੱਲ ਦੇ ਇਹ ਕਹਿ ਸਕਦਾ ਕਿ ਫਰਕ ਬਹੁਤ ਵੱਡਾ ਆ ਪਹਿਲਾਂ ਕਹਿੰਦੇ ਸੀ ਵੀ ਇੱਥੇ ਗੁੱਤ ਕਰਨ ਕੁੜੀਆਂ ਗੋਤੀ ਨਹੀਂ ਖੋਲਦੀਆਂ ਹੁੰਦੀਆਂ ਸੀ ਜੀ ਵੀ ਜਿਹੜੇ ਪਿਛਲੇ ਸਮੇਂ ਦੀ ਗੱਲ ਕਰੀਏ ਹੁਣ ਬਹੁਤ ਮਾਡਰਨ ਹੋ ਚੁੱਕੇ ਆ ਆਪਣਾ ਪਹਿਰਾਵਾ ਵੀ ਆਪਣਾ ਖਾਣਾ ਪੀਣਾ ਵੀ ਪਹਿਲਾਂ ਲੋਕ ਕਹ ਲਓ ਵੀ ਹੋਰ ਚ ਸੈਂਡਵਿਚ ਵਗੈਰਾ 버ਗਰ ਪੀਜ਼ਾ ਇਹ ਚੀਜ਼ਾਂ ਅਜ ਤੋਂ 10-15 ਸਾਲ ਪਹਿਲਾਂ ਕਿੱਥੇ ਖਾਂਦੇ ਸੀ ਜੀ ਠੀਕ ਹੈ ਇਹ ਚੀਜ਼ ਵੀ ਹੈ ਟੂ ਅਸੈਪਟ ਇਟ ਕਿ ਜਮਾਨੇ ਦੇ ਜੇ ਆਪਾਂ ਜਮਾਨੇ ਦੀ ਪੈਰ ਚ ਪੈਰ ਰੱਖਣਾ ਤਾਂ ਇਹ ਸਾਨੂੰ ਚੱਲਣਾ ਪੈਣਾ ਪਰ ਇਹ ਚੀਜ਼ ਨਹੀਂ ਭੁੱਲਣੀ ਚਾਹੀਦੀ ਜਿੱਡਾ ਵਧੀਆ ਆਪਣਾ ਪਹਿਰਾਵਾ ਹੈ ਜਿੱਡਾ ਪੰਜਾਬੀ ਪੰਜਾਬੀ ਕੱਪੜਿਆਂ ਚ ਜਾਂ ਪੰਜਾਬ ਆਪਣੇ ਹੋਰ ਲੋਕਲ ਅਦਰ ਜਿਹੜੇ ਆਪਣੇ ਰੀਜਨਲ ਜਿਹੜੇ ਆਪਾਂ ਕਹਿੰਦੇ ਵੇਅਰਸ ਹੈ ਉਹਨਾਂ ਚ ਜਿੰਨੇ ਇੱਕ ਸ਼ਾਨ ਹੈ ਜਾਂ ਇੱਕ ਕਹੇ ਲੋ ਵਧੀਆ ਹੈ ਉਹ ਉਹਨੇ ਹੋ ਨਹੀਂ ਸਕਦਾ ਇੱਕ ਈ ਨਵੀਂ ਚੀਜ਼ ਹੈ ਨਵੀਂ ਚੀਜ਼ ਦਾ ਹਰੇਕ ਨੂੰ ਬੰਦੇ ਨੂੰ ਚਾ ਚੜਦਾ ਨਵੀਂ ਵੇਖ ਕੇ ਇੱਕ ਈ ਮੇਰਾ ਵੀ ਜੀ ਕਰਦਾ ਰਾਹ ਕਰਕੇ ਵੇਖਾਂ ਪਰ ਹੌਲੀ ਹੌਲੀ ਮੈਂ ਇਹ ਕਹਿੰਨਾ ਵੀ ਜੇ ਉਹ ਬਦਲਾਅ ਆਏ ਆ ਤਾਂ ਵੀ ਇੱਕ ਇੱਕਰੀ ਇਹ ਵੀ ਸਾਰਿਆਂ ਨੇ ਪਾ ਕੇ ਦੇਖਣੀ ਆ ਜੀ ਤੇ ਹੌਲੀ ਹੌਲੀ ਮੁੜ ਕੇ ਦੁਬਾਰਾ ਆਪਦੇ ਲਈ ਤੇ ਗੱਡੀ ਆਉਂਦੀ ਜਾਂਦੀ ਹੈ ਤੇ ਖੇਡਾਂ ਨੂੰ ਜੇਕਰ ਆਪਾਂ ਮੰਨ ਕੇ ਚੱਲੀਏ ਖੇਡਾਂ ਨੂੰ ਲੈ ਕੇ ਰੁਝਾਨ ਵਧਿਆ ਸਟੂਡੈਂਟਸ ਦੇ ਵਿੱਚ ਜਾਂ ਘਟਿਆ ਕਿਵੇਂ ਹੈ ਖੇਡਾਂ ਤਾਂ ਮੈਂ ਤਾਂ ਸੱਚ ਦੱਸਾਂ ਤਾਂ ਮੈਨੂੰ ਜੋ ਲੱਗਦਾ ਘਟਿਆ ਇੱਕ ਤਾਂ ਕੀ ਹੁੰਦਾ ਪਹਿਲਾਂ ਹੁੰਦਾ ਸੀ ਆਪਣੇ ਕੋਲੇ ਮੋਬਾਈਲ ਨਹੀਂ ਹੁੰਦੇ ਸੀ ਉਹ ਚੀਜ਼ਾਂ ਨਹੀਂ ਹੁੰਦੀਆਂ ਸੀ ਟਾਈਮ ਪਾਸ ਕਰਨ ਨੂੰ ਕੋਈ ਜ਼ਰੀਆ ਨਹੀਂ ਸੀ ਤਾਂ ਕੀ ਹੁੰਦਾ ਸੀ ਖੁੱਲੀਆਂ ਖਰਾਕਾਂ ਹੁੰਦੀਆਂ ਸੀ ਚੰਗੇ ਦੁੱਧ ਹੁੰਦੇ ਸੀ ਚੰਗੇ ਮੱਖਣ ਹੁੰਦੇ ਸੀਗੇ ਚੰਗਾ ਖਾਂਦੇ ਪੀਂਦੇ ਸੀਗੇ ਅੱਜ ਕੱਲ ਤੇ ਜਿਹੜੇ ਚਿਕਨ ਖਾਂਦੇ ਉਹ ਵੀ ਵਿਚਾਰੇ ਜਿਹੜੇ ਮੁਰਗੀ ਖਾਨਿਆਂ ਦੇ ਖਾਂਦੇ ਬੋਇਲਰਾਂ ਦੇ ਖਾਂਦੇ ਇਹੜੇ ਇੰਜੈਕਸ਼ਨ ਲਾ ਲ ਬਣੇ ਹੋਏ ਆ ਤਾਂ ਕਿੱਥੋਂ ਸਪੋਰਟਸ ਐਕਸਪੈਕਟ ਕਰਦੇ ਦੂਜੀ ਗੱਲ ਸਰਕਾਰਾਂ ਨੇ ਜੋ ਕੀ ਹੈ ਫੰਡ ਹੀ ਨਹੀਂ ਦੇ ਰਹੀਆਂ ਜੀ ਜਿੰਨੀਆਂ ਹੋਰ ਕੰਟਰੀਜ਼ ਚਾਈਨਾ ਵਰਗੀਆਂ ਐ ਹੋਰ ਕੋਈ ਜਿੰਨਾ ਇਨਵੈਸਟ ਕਰ ਰਹੀਆਂ ਹੋਰ ਕਿਸੇ ਕਮਾ ਕੇ ਆਪਦੇ ਸਪੋਰਟਸ 'ਚ ਕਿੰਨੇ ਕਿੰਨੇ 올림픽 ਮੈਡਲਸ ਆਉਂਦੇ ਆ ਔਰ ਦੂਜੀ ਗੱਲ ਸਰਕਾਰਾਂ ਨੇ ਨਸ਼ਿਆਂ ਨਾਲ ਜੋ ਬੇੜਾ ਬਾਤ ਆਪਾਂ ਕਹਿ ਸਕਦੇ ਆ ਥਰੂਆਊਟ ਇੰਡੀਆ ਕੱਲੇ ਪੰਜਾਬ ਦਾ ਨਹੀਂ ਉਹਨਾਂ ਨੇ ਬੇੜਾ ਬਾਤ ਆ ਉੱਥੇ ਕਿੰਨੇ ਲੈਂਦੇ ਜਿਹੜੇ ਬੰਦੇ ਨੇ ਉਹਨੇ ਆਪਦੇ ਨਸ਼ਾ ਕਰਨਾ ਹੈ ਜਾਂ ਕੁਝ ਕਰਨਾ ਉਹ ਕਿੱਥੋਂ ਜਾ ਕੇ ਆਪਾਂ ਕਹਾਂਗੇ ਡੰਡ ਮਾਰੂਗਾ ਜੀ ਗਰਾਊਂਡ 'ਚ ਜਾਂ ਸਪ੍ਰਿੰਟਾਂ ਮਾਰੂਗਾ ਜਾਂ ਕੋਈ ਗੇਮ ਕਰੂਗਾ ਪਹਿਲਾਂ ਹੁੰਦੇ ਸੀ ਪਹਿਲਾਂ ਜਿਹੜੇ ਹੁੰਦੇ ਸੀ ਸਪੋਰਟਸਮੈਨ ਹੁੰਦੇ ਸੀ ਆਪਣੇ ਮਿਲਖਾ ਸਿੰਘ ਜੀ ਇਹ ਰੀ ਵੱਡੇ ਵੱਡੇ ਜਿਹੜੇ ਨਾਮ ਆਪਾਂ ਪੁਰਾਣੇ ਸਮੇਂ ਚ ਸੁਣਦੇ ਆ ਤਾਂ ਬੜੇ ਤਗੜੇ ਨਾ ਹੁੰਦੇ ਸੀ ਕੰਪੀਟੀਸ਼ਨ ਹੁੰਦਾ ਸੀ ਸਪੋਰਟਸ 'ਚ ਵੀ ਉਹਦੇ ਤੋਂ ਮੈਂ ਅੱਗੇ ਲੰਘਣਾ ਅੱਜ ਕੱਲ ਤਾਂ ਆਪਾਂ ਜੇ ਕੋਈ ਸੁਣ ਲਈਏ ਵੀ ਉਹ ਗੇਮ ਕਰਦਾ ਹੈ ਉਹ ਕੁਝ ਕਰਦਾ ਤਾਂ ਆਪਾਂ ਇਸ ਨੂੰ ਹੀ ਬੜੀ ਵੱਡੀ ਚੀਜ਼ ਸਮਝਦੇ ਇਹ ਜਿਹੜੇ ਐਕਸ ਵਾਈ ਜ਼ेड ਹੋਰ ਐਪਸ ਆਈ ਹੈ ਇਹਨਾਂ ਨੇ ਬਹੁਤ ਇਫੈਕਟ ਕੀਤਾ ਕਿਤਨੇ ਜਿਹੜਾ ਮੋਬਾਈਲ ਦਾ ਦੌਰ ਜਦੋਂ ਆਇਆ ਉਹ ਵੀ ਤੁਸੀਂ ਆਪਣੇ ਅੱਖੀ ਦੇਖਿਆ ਹੋਣਾ ਇੱਥੇ ਬਿਲਕੁਲ ਦੇਖਿਆ ਜੀ ਅਸੀਂ ਆਪ ਉਹ ਸੀਗੇ ਜਦੋਂ ਘਰੇ ਇੱਕ ਫੋਨ ਹੁੰਦਾ ਸੀ ਬਾਹਰੋਂ ਮੈਨੂੰ ਅੱਜ ਵੀ ਯਾਦ ਹੈ ਕਿ ਮੇਰੇ ਮਾਸੀ ਜੀ ਆਏ ਸੀ ਕਾਰਡਲੈਸ ਫੋਨ ਲੈ ਕੇ ਆਏ ਸੀ ਪੈਸੇ ਦਾ ਤਾਰ ਵਾਲਾ ਹੁੰਦਾ ਸੀ ਉਹ ਕਹਿੰਦੇ ਸੀ ਬਾਹਰ ਜਾਂਦੇ ਵੀ ਘਰੋਂ ਗੱਲ ਕਰ ਲਓ ਰਿਸਿਵਰ ਅੰਦਰ ਪਿਆ ਉਹ ਸਮੇਂ ਤੋਂ ਲੈ ਕੇ ਅੱਜ ਜਦੋਂ ਆਏ ਲੋਕਾਂ ਦੇ ਸਭ ਦੇ ਹੱਥਾਂ 'ਚ ਆਈਫੋਨ ਹੈ ਹੁਣ ਤਾਂ ਇੱਕ ਛੱਡੂ ਦੂ ਦੂ ਹੈ ਦੋ ਦੋ ਸਿੰਪੈਂਡ ਤੇ ਗਾਂ ਵੀ ਫੋਨ ਦੋ ਦੋ ਚਾਰ ਚਾਰ ਸਿਮਾਂ ਤੇ ਹੋਈ ਪਈ ਗੱਲਬਾਤ ਤਾਂ ਉਸ ਤੋਂ ਲੈ ਕੇ ਆ ਸਾਰਾ 1100 ਤੇ ਜਿੰਨੇ 97 ਨੂਕੀਆ ਦੇ ਆਏ ਤੇ ਬੜਾ ਕੁਝ ਕਹਿ ਸਕਦੇ ਕਿ ਵਿਕਿਆ ਇੱਥੇ ਹੁੰਦਾ ਬੜਾ ਫਰਕ ਪਿਆ ਪਹਿਲਾਂ ਬੰਦਾ ਡੀਐਸਐਲਆਰ ਲੈ ਲੈਂਦਾ ਸੀ ਕੈਮਰਾ ਜਿਹਨੂੰ ਫੋਟੋਗ੍ਰਾਫੀ ਕਰਨੀ ਹੁੰਦੀ ਸੀ ਹੁਣ ਕਹਿੰਦੇ ਆ ਰਾਈਫੋਨ ਤੇ ਵੀਡੀਓ ਬਣਾ ਲੈ ਉੱਤੇ ਹੀ ਫੋਟੋ ਖਿੱਚ ਲੈ ਤਾਂ ਬਹੁਤ ਵੱਡਾ ਚੇਂਜ ਆਇਆ ਜੀ ਅੱਗੇ ਮੈਂ ਇੱਕ ਗੱਲ ਹੋਰ ਕਰਦਾ ਹੁਣ ਕਿ ਜਿਹੜੇ ਬੰਦੇ ਨੇ ਮੰਨ ਲਓ ਖੁਦਾ ਨਾ ਖਾਸ ਤਾਂ ਜਿਹੜਾ ਬੰਦਾ ਕਿਧਰ ਤੇ ਕੋਈ ਸਜ਼ਾ ਹੋ ਗਈ ਉਮਰ ਕੈਦ ਦੀ ਜਾਂ ਕੁਝ ਜਿਹੜਾ ਬ 99 ਚ 99 ਚ ਜਾਂ 2000 ਚ ਕਿਤੇ ਜੇਲ੍ਹ ਚ ਜਾਵੜਿਆ ਤਾਂ ਉਹ ਜਦੋਂ ਮੈਨੂੰ ਲੱਗਦਾ 17 20 ਸਾਲ ਪੂਰੇ ਕਰਕੇ ਬਾਹਰ ਆਇਆ ਹੁਣ ਮੈਨੂੰ ਤਾਂ ਲੱਗਦਾ ਉਹਨੂੰ ਕਿਸੇ ਚੀਜ਼ ਦੀ ਸਮਝ ਹੀ ਨਹੀਂ ਆਉਣੀ ਵੀ ਦੁਨੀਆ ਬਦਲ ਕਿੰਨੀ ਗਈ ਤੁਸੀਂ ਵੇਖੋ ਇੰਡੀਆ ਜਿਹੜਾ ਡਿਵੈਲਪਿੰਗ ਫੇਸ ਚ ਮੈਂ ਆਪਾਂ ਕਹਿੰਨੇ ਹੈਗਾ ਤੇ ਸਭ ਤੋਂ ਵੱਡਾ ਜਿਹੜਾ ਚੇਂਜ ਹੈ ਇਹ 2097 95 ਤੋਂ ਲੈ ਕੇ ਜਾਂ 2000 ਤੋਂ ਲੈ ਕੇ ਆ 2020 ਤੱਕ ਜਾਂ 22 ਤੱਕ ਕਹਿ ਸਕਦੇ ਆ ਪਰ ਸਭ ਤੋਂ ਵੱਡਾ ਚੇਂਜ ਆਪਾਂ ਵਿਟਨੈਸ ਕੀਤਾ ਹੈ ਅੱਛਾ ਲਾਇਬ੍ਰੇਰੀਆਂ ਦੀ ਵੀ ਗੱਲ ਕਰ ਲਈਏ ਤੁਸੀਂ ਪਹਿਲਾਂ ਵੀ ਲਾਇਬ੍ਰੇਰੀਆਂ ਦੇ ਵਿੱਚ ਚੱਕਰ ਕੱਢੇ ਹੋਣੇ ਆ ਪੜ੍ਹੇ ਵੀ ਹੋਵੋਗੇ ਇੱਥੇ ਬੈਠ ਕੇ ਉਦੋਂ ਤੇ ਅੱਜ ਤੱਕ ਕਿੰਨਾ ਕ ਫਰਕ ਲੱਗਦਾ ਉਹੀ ਗੱਲ ਆ ਗਈ ਜੀ ਫਿਰ ਫੰਡਸ ਦੀ ਤੇ ਉਹਨਾਂ ਸਾਰਿਆਂ ਦਾ ਸਿੱਧੀ ਜਿੰਨਾ ਜਿਵੇਂ ਸਟੂਡੈਂਟਸ ਦਾ ਜਿਹੜਾ ਰੁਝਾਨ ਆ ਉੱਥੇ ਬੈਠਣ ਦਾ ਵਧਿਆ ਉਹ ਤਾਂ ਜੀ ਉਹੀ ਸੀਟਿੰਗਸ ਬਹੁਤ ਹੈਗੇ ਜਿਨ੍ਹਾਂ ਦੀ ਵਧੀਆਂ ਵੀ ਹੈ ਤੇ ਬੜੇ ਜੇ ਇਹ ਥੋੜਾ ਮੈਂ ਇਹ ਸਮਝਦਾ ਕਿ ਟੀਚਰ ਬੰਦੇ ਤਾਂ ਜੀ ਕੀ ਲੈ ਕੇ ਆਏ ਹੋ ਤੁਸੀਂ ਹੁਣ ਤੁਸੀਂ ਕਾਰ ਲੈ ਕੇ ਗੇੜੇ ਕੱਢਣ ਆਏ ਹੋ ਇਹ ਤੁਸੀਂ ਆਪਦਾ ਪੜਨ ਆਏ ਹੋ ਲਾਇਬ੍ਰੇਰੀ ਚ ਅੱਜ ਵੀ ਤੁਸੀਂ ਰਾਤ ਨੂੰ ਜਾਵੜੋ ਜਾਂ ਸ਼ਾਮ ਨੂੰ ਜਾਵੜੋ ਤੁਹਾਨੂੰ ਜਗ੍ਹਾ ਨਹੀਂ ਮਿਲਦੀ ਬੈਠਣ ਨੂੰ ਹਾਲਾਂਕਿ ਇਹ ਇਨਫਰਾਸਟ੍ਰਕਚਰ ਬਦੋਂ ਆਉਂਦੀ ਇਹਨੂੰ ਅਪਗ੍ਰੇਡ ਕਰਨ ਦੀ ਬੜੀ ਲੋੜ ਵੀ ਹੈ ਹੁਣ ਆਪਾਂ 20 ਸਾਲ ਪਹਿਲਾਂ ਗੱਲ ਕਰੀ ਆਪਣੀ ਆਬਾਦੀ ਕੀ ਸੀ ਕਿੰਨਾ ਕੁ ਆਪਣੇ ਕੋਲੇ ਐਕਸੈਸ ਸੀਗਾ ਵੀ ਕਿ ਆਪਾਂ ਇੱਥੇ ਆ ਕੇ ਫੋੜ ਕਰ ਸਕਦੇ ਸੀ ਮੈਨੂੰ ਲੱਗਦਾ ਇਹ ਗੱਲ ਕਹਿੰਦੇ ਹੋ ਤੁਸੀਂ ਵੀ ਚੰਗੇ ਘਰਾਂ ਦੇ ਜਾ ਕੇ ਉੱਥੇ ਪੜਦੇ ਆ ਕਿਉਂਕਿ ਇਹ ਕੋਈ ਗਲਤ ਗੱਲ ਨਹੀਂ ਕਿਉਂਕਿ ਉਹਨਾਂ ਕੋਲ ਪੈਸੇ ਹੀ ਲਿਮਟਿਡ ਸੀ ਇਕਨੋਮੀ ਚ ਬੈਂਕਸ ਨਹੀਂ ਸੀਗੇ ਆੜਤੀਏ ਤੋਂ ਬੰਦਾ ਜਾ ਕੇ ਪੈਸੇ ਫੜ ਉਨੇ ਕਿ ਦਿੰਦਾ ਸੀ ਉਹ ਤਾਂ ਹੁਣ ਕੀ ਫਰਕ ਪੈ ਗਿਆ ਹੁਣ ਹਰੇਕ ਕੋਲੇ ਪੈਸਾ ਜੀ ਬਹੁਤ ਹੱਦ ਤੱਕ ਉਹ ਇੱਥੇ ਰਹਿ ਕੇ ਫੂਡ ਕਰ ਸਕਦਾ ਪੜਨਾ ਤੇ ਉਹਦੇ ਕਰਕੇ ਵੀ ਸਟੂਡੈਂਟਸ ਤਾਂ ਬਹੁਤ ਹੁੰਦੇ ਲਾਇਬ੍ਰੇਰੀ ਚ ਪਰ ਰਾਦਰ ਕੇ ਇੱਕ ਜਿਵੇਂ ਬੜੀ ਵੱਡੀ ਦਿੱਕਤ ਆਉਂਦੀ ਹੈ ਜਿਹੜੇ ਡਿਸੇਬਲਡ ਵਿਚਾਰੇ ਸਟੂਡੈਂਟਸ ਹੁੰਦੇ ਪੜ੍ਹ ਲਿਖ ਪੜ੍ਹ ਤੇ ਸੁਣ ਨਹੀਂ ਸਕਦੇ ਉਹਨਾਂ ਵਾਸਤੇ ਰਾਤ ਨੂੰ ਮੈਂ ਤਾਂ ਨਾ ਜੇ ਮੇਰੇ ਵਰਗਾ ਜਾ ਕੇ ਲਾਇਬ੍ਰੇਰੀ ਪੜ੍ਹ ਸਕਦਾ ਤਾਂ ਦੂਜੇ ਵੀ ਜਿਹੜੇ ਹੋਰ ਸਟੂਡੈਂਟ ਹੈ ਉਹਨਾਂ ਦਾ ਵੀ ਹੱਕ ਹੈ ਵੀ ਉਹ ਜਾ ਕੇ ਰਾਤ ਨੂੰ ਵੀ ਪੜ੍ਹ ਲੈਣ ਆਪਦਾ ਵੀ ਉਹ ਚੀਜ਼ਾਂ ਵੀ ਰਾਤ ਨੂੰ ਜਾ ਕੇ ਪੜ ਲੈਂਦੇ ਉਹ ਆਪ ਦਾ ਰਾਤ ਨੂੰ ਆਪ ਦਾ ਉਹ ਵੀ ਆਪ ਦਾ ਐਕਸੈਸ ਕਰ ਸਕਣ ਲਾਇਬ੍ਰੇਰੀ ਦਾ ਉਤਲਾ ਫਲੋਰ ਕਿਉਂਕਿ ਆਇ ਨਹੀਂ ਹੁੰਦਾ ਵੀ ਮੇਰਾ ਸਵੇਰੀ ਪੜਨ ਦਾ ਮੂਡ ਕੱਮ ਸਵੇਰੀ ਪੜਨਾ ਬੜੇ ਲੋਕ ਆ ਜਿਹੜੇ ਰਾਤਾਂ ਕਾਲੀਆਂ ਕਰਦੇ ਆ ਰਾਤ ਨੂੰ ਬਹਿ ਬਹਿ ਕੇ ਪੜਦੇ ਤੇ ਉਹਨਾਂ ਨੂੰ ਵੀ ਉਹ ਐਕਸੈਸ ਮਿਲਣਾ ਚਾਹੀਦਾ ਹਾਂਜੀ ਚਲੋ ਮੇਰਾ ਲਾਸਟ ਸਵਾਲ ਹੈ ਕਿੰਨਾ ਕੁ ਹੁਣ ਮੰਨ ਦੇ ਵਿੱਚ ਕੀ ਆ ਕਿ ਵੀ ਉਹ ਪਹਿਲਾਂ ਵਾਲਾ ਜਿਹੜਾ ਤੁਸੀਂ ਇੱਥੇ ਨਜ਼ਾਰੇ ਦੇਖਦੇ ਰਹੇ ਹੋ ਮੁੰਡੇ ਪੜਦੇ ਪਏ ਆ ਗੱਪਾਂ ਮਾਰਦੇ ਪਏ ਆ ਜਾਂ ਦਸਤਾਰਾਂ ਸਜਾਈਆਂ ਯੂਨੀਵਰਸਿਟੀ ਦੇ ਇੱਥੇ ਸਟੂਡੈਂਟ ਸੈਂਟਰ ਦੇ ਵਿੱਚ ਖੜੇ ਆ ਉਹ ਲੱਗਦਾ ਦੌਰ ਆਊਗਾ ਕਿ ਨਹੀਂ ਆਊਗਾ ਜੇ ਨਹੀਂ ਆਉਂਦਾ ਤਾਂ ਕਿਸ ਤਰ੍ਹਾਂ ਦਾ ਕੀ ਬਲਵਲੇ ਹੈਗੇ ਮਨਾਂ ਦੇ ਵਿੱਚ ਇਹ ਜੀ ਤੁਸੀਂ ਕਹੋ ਵੀ ਜ਼ਮਾਨਾ ਬਦਲਦਾ ਮੈਨੂੰ ਲੱਗਦਾ ਇੰਨਾ ਕੁ ਬਦਲ ਕੇ ਦੇਖ ਲਿਆ ਜ਼ਮਾਨੇ ਨੇ ਕਿ ਇੱਕ ਵਾਰੀ ਪਲਟਾ ਵੱਜ ਚੁੱਕਿਆ ਹੈਟਲਾ ਪਾਸਾ ਥੱਲੇ ਜਾਵੜੇ ਤੇ ਥੱਲੇ ਲੜਾ ਉੱਤੇ ਆ ਗਿਆ ਤੇ ਇਹ ਜਿਹੜਾ ਹੁਣ ਥੱਲੇ ਗਿਆ ਉਹਨੇ ਹੌਲੀ-ਹੌਲੀ ਉੱਤੇ ਫਿਰ ਆਉਣਾ ਹੀ ਆ ਪਹਿਲਾ ਆਪਾਂ ਕਹਿ ਦਊ ਵੀ ਕਾਮਰੇਡ ਜਿਹੜੀ ਆਪਾਂ ਜਿਹੜੀਆਂ ਕੰਟਰੀਜ਼ ਆ ਰਸ਼ੀਆ ਹੋ ਗਿਆ ਚਾਈਨਾ ਹੋ ਗਿਆ ਇਹਨਾਂ ਚ ਕਹ ਲੋ ਵੀ ਆਪਾਂ ਗਲਤ ਸਮਝਦੇ ਸੀ ਇਹਨਾਂ ਨੂੰ ਜਿਹੜੇ ਪਬਲਿਕ ਸੈਕਟਰ ਚ ਆ ਉਹ ਉਹ ਜੀ ਸੋਚ ਕਾਮਰੇਡੀ ਸੋਚ ਵਾਲੀਆਂ ਕੰਟਰੀ ਸੀਗਾ ਪਰ ਹੁਣ ਫਿਰ ਕਿਤੇ ਨਾ ਕਿਤੇ ਜਿਵੇਂ ਡੈਮੋਕ੍ਰੇਸੀ ਦਾ ਦੌਰ ਆਇਆ ਹੁਣ ਫਿਰ ਕਿਤੇ ਉਹ ਗੱਲ ਫਿਰ ਉੱਠਦੀ ਹੈ ਵੀ ਉਹ ਜਾਦੇ ਚੰਗੇ ਸੀ ਤੇ ਕਵਾਈਨ ਫਲਿੱਪ ਕਰਦਾ ਸਮੇ ਨਾਲ ਤਾਂ ਉਹ ਫਲਿੱਪ ਕਰਕੇ ਜੀ ਆਜ਼ਾਦ ਹੋ ਰਹੇ ਤੇ ਲੋਕ ਜਿੱਦੋਂ ਇਹਦੇ ਤੋਂ ਅੱਕ ਗਏ ਲੋਕਾਂ ਨੇ ਕਹਿੰਨੇ ਇਹ ਰੋਹ ਹੀ ਚੰਗਾ ਸੀ ਆਪਾਂ ਕਹਿੰਨੇ ਅਕਸਰ ਹੀ ਆਪਾਂ ਬੀਤੇ ਵੇਲੇ ਨੂੰ ਹਰੇਕ ਹੀ ਪਛਤਾਉਂਦਾ ਜੀ ਜਿੰਨਾ ਕਿ ਮੈਂ ਸਮਝਦਾ ਤਾਂ ਇਹ ਮੈਨੂੰ ਲੱਗਦਾ ਜੀ ਆਹ ਦਿਨਾਂ ਇਹ ਤਾਂ ਵੀ ਆਉਣੀ ਹੈ ਉਹ ਕਹਿੰਦੇ ਵੀ ਸਦਾ ਜੇ ਖੁਸ਼ੀ ਨਹੀਂ ਰਹਿੰਦੀ ਤਾਂ ਗਮ ਵੀ ਨਹੀਂ ਰਹਿੰਦੇ ਰੂੜੀ ਦੀ ਵੀ 12 ਸਾਲਾਂ ਬਾਅਦ ਜਿਵੇਂ ਪੰਜਾਬੀ ਚ ਕਹਿੰਦੇ ਸੁਣੀ ਜਾਂਦੀ ਉਹ ਵੀ ਚੱਕ ਕੇ ਪਾਈ ਜਾਂਦੀ ਆ ਤੇ ਇਹ ਵੀ ਜੇ ਸੌ ਦੌਰਾ ਆਇਆ ਤਾਂ ਉਹ ਵੀ ਆਈ ਜਾਣਾ ਜੀ ਬਿਲਕੁਲ ਹਾਂਜੀ ਸੋ ਗੱਲਬਾਤ ਹੋਈ ਐ ਇਥੋਂ ਦੇ ਜੋ ਸਟੂਡੈਂਟ ਨੇ ਸਮਾਜ ਜਿਵੇਂ ਕਿ ਦੱਸਿਆ ਮਹਿਜ਼ 8 ਸਾਲ ਹੀ ਉਹਨਾਂ ਨੇ ਇੱਥੇ ਆਪਣੇ ਪੜ੍ਹਾਈ ਦੇ ਲਗਾਏ ਨੇ ਹਾਲੇ ਵੀ ਪੜ੍ਹਦੇ ਪਏ ਨੇ ਕੋਈ ਬਹੁਤਾ ਨਹੀਂ ਹੁੰਦਾਗਾ ਪਰ ਜੇਕਰ ਅਸੀਂ ਕਿਸੇ ਦਾ ਰਿਵਿਊ ਲੈਣਾ ਤਾਂ ਘਟੋ ਘਟ 15 ਸਾਲ ਪੁਰਾਣਾ 10 ਸਾਲ ਪੁਰਾਣਾ ਕੋਈ ਸਟੂਡੈਂਟ ਹੋਵੇ ਉਹਦਾ ਰਿਵਿਊ ਲਿਆ ਜਾਵੇ ਤਾਂ ਚੰਗਾ ਹੁੰਦਾ ਵਾ ਪਰ 8 ਸਾਲ ਵੀ ਕੋਈ ਥੋੜੇ ਨਹੀਂ ਹੁੰਦੇਗੇ ਜਿਸ ਵਿਅਕਤੀ ਨੇ ਸਟੂਡੈਂਟ ਲਾਈਫ ਦੇ ਵਿੱਚ ਆਪਣੇ ਇਸ ਯੂਨੀਵਰਸਿਟੀ ਦੇ ਵਿੱਚ ਲਗਾਏ ਨੇ ਤੁਹਾਨੂੰ ਨਜ਼ਾਰਾ ਵੀ ਇੱਥੋਂ ਦਾ ਦਿਖਾ ਦਿੰਨੇ ਆ ਕਿ ਕਿਵੇਂ ਇੱਥੇ ਸਟੂਡੈਂਟ ਬੈਠੇ ਨੇ ਅਖੀਰ ਤੇ ਜੋ ਇਸ ਸਟੂਡੈਂਟ ਨੇ ਵਿਦਿਆਰਥੀ ਨੇ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ ਉਹ ਬੜੀ ਹੀ ਸੋਹਣੀ ਕੀਤੀ ਹੈ ਕਿ ਜਿਹੜਾ ਦੌਰ ਹੈ ਉਹ ਫਲਿੱਪ ਕਰਦਾ ਹੀ ਰਹਿੰਦਾ ਸਮਾਂ ਜਿਹੜਾ ਹੈਗਾ ਵਾ ਉਹ ਉਸੇ ਤਰ੍ਹਾਂ ਆਪਣੇ ਟਾਈਮ ਦੇ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਜੇਕਰ ਅੱਜ ਪਹਿਲਾਂ ਵਾਲਾ ਦੌਰ ਨਹੀਂ ਰਿਹਾ ਤਾਂ ਹੋ ਸਕਦਾ ਹੈ ਕਿ ਇਹਨਾਂ ਇਸ ਦੌਰ ਤੋਂ ਬਾਅਦ ਪਹਿਲਾਂ ਵਾਲਾ ਦੌਰ ਫਿਰ ਤੋਂ ਮੁੜ ਆਵੇ ਯਾਨੀ ਕਿ ਉਸਨੇ ਉਮੀਦ ਪ੍ਰਗਟਾਈ ਹੈ ਉਸਨੇ ਆਸ ਪ੍ਰਗਟਾਈ ਹੈ ਕੇ ਹੋ ਸਕਦਾ ਹੈ ਬੇਸ਼ੱਕ ਜੋ ਪਹਿਲਾਂ ਦੇ ਦਹਾਕੇ ਸੀਗੇ 10 ਸਾਲ ਦੀ ਗੱਲ ਕਰ ਲਈਏ 20 ਸਾਲ ਦੀ ਗੱਲ ਕਰ ਲਈਏ ਉਹ ਵਾਲਾ ਜਿਹੜਾ ਮਾਹੌਲ ਇੱਥੇ ਹੁਣ ਸਟੂਡੈਂਟ ਸੈਂਟਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਹੀਂ ਰਿਹਾ ਤਾਂ ਜਿਹੜੀ ਉਹਨੇ ਆਸ ਪ੍ਰਗਟਾਈ ਹੈ ਬੜੀ ਹੀ ਸੋਹਣੀ ਪ੍ਰਗਟਾਈ ਹੈ ਕਿ ਵੀ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੌਰ ਦੁਬਾਰਾ ਤੋਂ ਵਾਪਸ ਮੁੜ ਕੇ ਆ ਜਾਵੇ ਬੜੀ ਹੀ ਸੋਹਣੀ ਸਮਾਪਤੀ ਉਸ ਵਿਦਿਆਰਥੀ ਦੇ ਵੱਲੋਂ ਕੀਤੀ ਗਈ ਹੈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਫਿਰ ਤੋਂ ਉਹੀ ਦੌਰ ਆਵੇ ਇੱਥੇ ਵੱਖ-ਵੱਖ ਸੂਬਿਆਂ ਤੋਂ ਸਟੂਡੈਂਟ ਵੱਡੀ ਤਾਦਾਦ ਦੇ ਵਿੱਚ ਪੜਨ ਆਉਣ ਜਿਹੜੇ ਵਿਦਿਆਰਥੀ ਵਿਦੇਸ਼ਾਂ ਦੇ ਵਿੱਚ ਜਾਂਦੇ ਪਏ ਨੇ ਰੁਕ ਕਰਦੇ ਪਏ ਨੇ ਉਹਨਾਂ ਨੂੰ ਜਾਣ ਦੀ ਲੋੜ ਹੀ ਨਾ ਪਵੇ ਇੱਥੇ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਉਹ ਵਿਦਿਆਰਥੀ ਪੜਨ ਇੱਥੇ ਹੀ ਉਹਨਾਂ ਨੂੰ ਕੰਮ ਧੰਦੇ ਮਿਲਣ ਉਹਨਾਂ ਨੂੰ ਆਪਣੇ ਪ੍ਰਦੇਸ਼ ਛੱਡ ਕੇ ਆਪਣੇ ਦੇਸ਼ ਛੱਡ ਕੇ ਦੂਜੇ ਮੁਲਕਾਂ ਦੇ ਵੱਲ ਜਾਣ ਦੀ ਲੋੜ ਨਾ ਪਵੇ ਤੁਸੀਂ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਰਜਤ ਕੁਮਾਰ